ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ। ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਪਿੰਡ ਖਡਿਆਲਾ ਸੈਣੀਆਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਪੈਦਲ ਯਾਤਰਾ ਅੱਜ ਜੈਕਾਰਿਆਂ ਦੀ ਗੂੰਜ 'ਚ ਜਥੇਦਾਰ ਜੋਗਿੰਦਰ ਸਿੰਘ ਦੀ ਅਗਵਾਈ 'ਚ ਰਵਾਨਾ ਹੋਈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਗੁਰਦੁਆਰਾ ਹਰੀਆਂ ਬੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਸਮੇਤ ਵੱਖ ਵੱਖ ਸੰਤਾਂ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਯਾਤਰਾ ਦਾ ਵੱਖ ਵੱਖ ਸਥਾਨਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੇ ਛਕਣ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਸ੍ਰੀ ਤਰਨ ਤਾਰਨ ਸਾਹਿਬ ਮਾਝੇ ਦੇ ਇਲਾਕੇ ਵਿੱਚੋਂ ਹਾਜ਼ਰੀ ਭਰਨ, ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੀਆਂ ਤਾਂ ਇਸ ਡਿਊਟੀਆਂ ਦੇ ਰੂਪ ਦੇ ਵਿੱਚ ਕੀਰਤਨ ਕਰਦੀਆਂ ਸੰਗਤਾਂ ਸ੍ਰੀ ਤਰਨ ਤਾਰਨ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਜਥਿਆਂ ਦੇ ਰੂਪ ਵਿੱਚ ਸੰਗਤ ਜਾਂਦੀ ਹੈ। ਦਿੱਤਾ ਸਭ ਸੰਸਾਰ ਸੁਖਨਾ ਨਾਮ ਤਨ ਤਨ। ਅਸਲ ਮੇਂ ਹਮ ਸਭੀ ਕੋ ਯਹੀ ਪੈਗਾਮ ਦੇਣਾ ਚਾਹ ਰਹੇ ਹੈ ਜੋ ਗੁਰੂ ਨਾਨਕ ਨੇ ਔਰ ਹਮਾਰੇ ਨਬੀ ਨੇ ਪੈਗਾਮ ਦਿਆ, ਸਭੀ ਕੋ ਮੁਹੱਬਤ ਕਾ ਪੈਗਾਮ ਦਿਆ। ਯੇ ਲੰਗਰ ਲਗਾ ਕਰ ਹਮ ਯੇ ਸਾਬਿਤ ਕਰਨਾ ਚਾਹ ਰਹੇ ਹੈ ਕਿ ਭਾਈ ਆਪਸ ਕੇ ਅੰਦਰ ਪਿਆਰ ਮੁਹੱਬਤ ਕੇ ਸਾਥ ਮੇਂ ਰਹੇ। ਅਗਰ ਲੰਗਰ ਲਗਾਨੇ ਸੇ, ਪਾਣੀ ਪਿਲਾਨੇ ਸੇ ਔਰ ਆਪਸ ਮੇਂ ਗਲੇ ਮਿਲਨੇ ਸੇ ਯੇ ਨਫ਼ਰਤ ਕੀ ਜੋ ਦੀਵਾਰ ਹੈ ਯੇ ਟੂਟਤੀ ਹੈ, ਤੋ ਹਮ ਲੰਗਰ ਲਗਾਨੇ ਕੇ ਲੀਏ ਹਰ ਐਤਬਾਰ ਸੇ ਹਰ ਜਗ੍ਹਾ ਤਿਆਰ ਹੈ। ਹਮ ਲੋਕ ਆਪਣੇ ਸਿੱਖ ਭਾਈਓ ਕੇ ਸਾਥ ਮੇਂ ਹੈ, ਕੰਧੇ ਸੇ ਕੰਧਾ ਲਗਾ ਕਰ ਖੜੇ ਹੋਏ ਹੈ, ਆਪਣੇ ਹਿੰਦੂ ਭਾਈਓ ਕੇ ਸਾਥ ਮੇਂ ਖੜੇ ਹੋਏ ਹੈ, ਸਾਰੇ ਧਰਮ ਕੇ ਲੋਕ ਜਿਤਨੇ ਵੀ ਹੈ ਸਭੀ ਕੇ ਸਾਥ ਮੇਂ ਹਮ ਲੋਕ ਖੜੇ ਹੋਏ ਹੈ। ਔਰ ਆਜ ਇਸ ਜਗ੍ਹਾ ਸੇ ਯਹੀ ਪੈਗਾਮ ਦੇ ਰਹੇ ਕਿ ਹਮ ਸਭ ਇਕੱਠੇ ਹੈ। ਆਜ ਹਮਨੇ ਯੇ ਬਲਕੇ ਪੰਜਾਬ ਕੇ ਅੰਦਰ ਹਮ ਜਗ੍ਹਾ ਜਗ੍ਹਾ ਲੰਗਰ ਲਗਾਤੇ ਹੈ, ਬਲਕੇ ਜਬ ਇੰਟਰਨੈਸ਼ਨਲ ਨਗਰ ਕੀਰਤਨ ਆਇਆ ਥਾ ਉਸ ਵਕਤ ਵੀ ਹਮ ਲੋਕੋ ਨੇ ਦਸੂਆ ਕੇ ਅੰਦਰ ਲੰਗਰ ਲਗਾਇਆ ਥਾ। ਔਰ ਆਜ ਯੇ ਟਾਂਡੇ ਕੇ ਪਾਸ ਮੇਂ ਹਮਨੇ ਲੰਗਰ ਲਗਾਇਆ ਹੈ, ਕੱਲ ਹਮਾਰਾ ਦਸੂਆ ਕੇ ਅੰਦਰ ਵੀ ਪ੍ਰੋਗਰਾਮ ਹੈ ਇਨਸ਼ਾਅੱਲਾ। ਤੋ ਯਹਾਂ ਸੇ ਯਹੀ ਮੈਸੇਜ ਹਮ ਲੋਕ ਦੇ ਰਹੇ ਹੈ ਜੋ ਗੁਰੂ ਨਾਨਕ ਨੇ ਮੈਸੇਜ ਦਿਆ, ਯੇ ਨਫ਼ਰਤ ਕੀ ਜੋ ਦੀਵਾਰ ਹੈ ਗੁਰੂ ਨਾਨਕ ਸਾਹਿਬ ਨੇ ਪਿਆਰ ਕਾ ਮੁਹੱਬਤ ਕਾ ਅਮਨ ਕਾ ਪੈਗਾਮ ਦਿਆ, ਯੇ ਨਫ਼ਰਤ ਕੀ ਦੀਵਾਰ ਉਸੀ ਵਕਤ ਤੋੜ ਦੀ, ਤੋ ਹਮ ਗੁਰੂ ਨਾਨਕ ਨੇ ਜੋ ਪੈਗਾਮ ਦਿਆ ਉਸੀ ਪਰ ਅਮਲ ਕਰ ਰਹੇ ਹੈ। ਔਰ ਹਮਾਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਪੈਗਾਮ ਦਿਆ ਉਸੀ ਕੇ ਉੱਪਰ ਹਮ ਲੋਕ ਅਮਲ ਕਰ ਰਹੇ ਹੈ। ਤੋ ਯਹਾਂ ਸੇ ਯਹੀ ਪੈਗਾਮ ਹਮ ਲੋਕ ਦੇਣਾ ਚਾਹ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਵਿੱਚ ਬੜਾ ਪ੍ਰਾਚੀਨ ਪਰੰਪਰਾ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਆਗਾਜ਼ ਹੋਇਆ ਸੀ ਕਿ ਜਿੱਥੇ ਜਿੱਥੇ ਗੁਰੂ ਸਾਹਿਬਾਨ ਸਿੱਖੀ ਦੇ ਮੁੱਖ ਕੇਂਦਰਾਂ 'ਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸੁਭਾਈਮਾਨ ਹੋਇਆ ਕਰਦੇ ਸਨ, ਉੱਥੇ ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਪੈਦਲ ਚੱਲ ਕੇ ਕੀਰਤਨ ਕਰਦੀਆਂ ਹੋਈਆਂ ਸ਼ਬਦੀ ਜਥਿਆਂ ਦੇ ਰੂਪ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਸੰਗ ਲੈ ਕੇ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੀਆਂ ਸਨ। ਔਰ ਉਸੇ ਪਰੰਪਰਾ ਨੂੰ ਮੁੱਖ ਰੱਖਦਿਆਂ ਇਸ ਨਗਰ ਤੋਂ ਵੀ ਅੱਜ ਤੋਂ 250 ਸਾਲ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਸਤਿਗੁਰਾਂ ਦੇ ਸਥਾਨ ਦੇ ਦਰਸ਼ਨ ਕਰਨ ਲਈ ਇੱਥੋਂ ਸੰਗ ਜਾਇਆ ਕਰਦਾ ਸੀ, ਔਰ ਉਹ ਪਰੰਪਰਾ ਜਿਉਂ ਦੀ ਤਿਉਂ ਇਸ ਨਗਰ ਨੇ ਇਲਾਕੇ ਨੇ ਸੰਭਾਲ ਕੇ ਰੱਖੀ ਹੈ। ਵਰਤਮਾਨ ਸਮੇਂ ਵਿੱਚ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਜੀ ਖਡਿਆਲਾ ਸੈਣੀਆਂ ਵਾਲੇ ਲੱਖਾਂ ਦੀ ਸੰਗਤ ਦਾ ਸੰਗ ਲੈ ਕੇ ਡੇਰਾ ਬਾਬਾ ਨਾਨਕ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਹੈ। ਇਹ ਬਹੁਤ ਵੱਡਾ ਉਪਰਾਲਾ ਔਰ ਬਹੁਤ ਵੱਡੀ ਘਾਲਣਾ ਅਤੇ ਸੰਗਤਾਂ ਦੇ ਅੰਦਰ
ਗੁਰੂ ਦਾ ਪਿਆਰ, ਸ਼ਰਧਾ, ਭਾਵਨਾ, ਸਿੱਖੀ ਦਾ ਪ੍ਰੇਮ ਪੈਦਾ ਹੁੰਦਾ ਇਹ ਕਾਰਜ ਕਰਨ ਦੇ ਨਾਲ। ਸੋ ਮੈਂ ਬਹੁਤ ਬਹੁਤ ਇਸ ਕਾਰਜ ਲਈ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ। Are you ready to study? We have the Hoshiarpur's number one institute, well equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.